ਪੰਜਾਬ ਦੇਸ਼ ਦਾ ਪਹਿਲਾ ਬਿਜਲੀ ਸਰਪਲਸ ਸੂਬਾ ਬਣਨ ਤੋਂ ਬਾਅਦ ਹੁਣ ਦੇਸ਼ ਦੀ ਸਭ ਤੋਂ ਸਸਤੀ ਬਿਜਲੀ ਦੇਣ ਵਿੱਚ ਮੋਰੀ। ਲਘੂ ਉਦਯੋਗਿਕ ਇਕਾਈਆਂ ਲਈ 4 ਰੁਪਏ 99 ਪੈਸੇ ਪ੍ਰਤੀ ਯੂਨਿਟ, ਦਰਮਿਆਨੇ ਦਰਜੇ ਦੀ ਉਦਯੋਗਿਕ ਇਕਾਈਆਂ ਲਈ 5 ਰੁਪਏ 99 ਪੈਸੇ ਪ੍ਰਤੀ ਯੂਨਿਟ, ਵੱਡੀ ਉਦਯੋਗਿਕ ਇਕਾਈਆਂ ਲਈ 11 ਪੈਸੇ ਪ੍ਰਤੀ ਯੂਨਿਟ ਦੀ ਕਟੌਤੀ, ਵੱਡੀ ਉਦਯੋਗਿਕ ਇਕਾਈਆਂ ਲਈ 6 ਰੁਪਏ 35 ਪੈਸੇ ਪ੍ਰਤੀ ਯੂਨਿਟ, ਪੀਕ ਲੋਡ ਚਾਰਜ ਖਤਮ। ਪੰਜਾਬ 4 ਰੁਪਏ 99 ਪੈਸੇ ਪ੍ਰਤੀ ਯੂਨਿਟ, ਕਰਨਾਟਕਾ 6 ਰੁਪਏ ਪ੍ਰਤੀ ਯੂਨਿਟ, ਹਰਿਆਣਾ 7 ਰੁਪਏ 71 ਪੈਸੇ ਪ੍ਰਤੀ ਯੂਨਿਟ, ਦਿੱਲੀ 9 ਰੁਪਏ 92 ਪੈਸੇ ਪ੍ਰਤੀ ਯੂਨਿਟ। ਪੰਜਾਬ ਸਰਕਾਰ, ਇਤਿਹਾਸਿਕ ਫੈਸਲੇ, ਬੇਮਿਸਾਲ ਵਿਕਾਸ।